ਕਿੱਥੇ ਗਿਆ ਸੀ ਉਹ ਮੈਨੂੰ ਨਹੀਂ ਪਤਾ ਖਰੇ ਮਸਤੇ ਵਾਲਾ ਡੀਜੇ ਲੈ ਕੇ ਗਿਆ ਸੀ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਸਾਨੂੰ 11 ਵਜੇ ਕੀ ਕਹਿੰਦੇ ਮਰੇ ਨੂੰ ਉੱਥੇ ਲੈ ਆ ਨੰਨੀ ਦੇ ਹਸਪਤਾਲ 12 ਵਜੇ ਵਿਆਹ ਸ਼ਾਦੀਆਂ 'ਚ ਹਵਾਈ ਫਾਇਰਿੰਗ ਕਰਨ ਦਾ ਸ਼ੌਂਕ ਹੁਣ ਤੱਕ ਕਿੰਨੀਆਂ ਹੀ ਮਾਵਾਂ ਦੀ ਗੋਦ ਉਜਾੜ ਚੁੱਕਿਆ ਪਰ ਖੁਸ਼ੀਆਂ ਦੇ ਮਾਹੌਲ 'ਚ ਮੌਤ ਦਾ ਇਹ ਖੇਡ ਬਦਸਤੁਰ ਜਾਰੀ ਹੈ ਤਾਜ਼ਾ ਮਾਮਲਾ ਮੋਗਾ ਦੇ ਪਿੰਡ ਮਸਤੇਵਾਲਾ ਦਾ ਹੈ ਜਿੱਥੇ ਵਿਆਹ ਸਮਾਗਮ ਦੌਰਾਨ ਡੀਜੇ ਉੱਤੇ ਕੀਤੀ ਗਈ ਫਾਇਰਿੰਗ 'ਚ 19 ਸਾਲਾ ਨੌਜਵਾਨ ਦੀ ਮੌਤ ਹੋ ਗਈ ਦਰਅਸਲ ਪਿੰਡ ਕੋਟ ਈਸੇ ਖਾਨ ਦਾ ਕਰਮ ਸਿੰਘ ਡੀਜੇ ਵਾਲੇ ਨਾਲ ਪਿੰਡ ਮਸਤੇਵਾਲਾ 'ਚ ਇੱਕ ਵਿਆਹ ਸਮਾਗਮ 'ਚ ਗਿਆ ਸੀ ਉੱਥੇ ਗਾਣੇ ਨੂੰ ਲੈ ਕੇ ਹੋਏ ਵਿਵਾਦ 'ਚ ਸੁਖਦੀਪ ਨਾਂ ਦੇ ਨੌਜਵਾਨ ਨੇ ਸ਼ਰਾਬ ਦੇ ਨਸ਼ੇ 'ਚ ਫਾਇਰਿੰਗ ਸ਼ੁਰੂ ਕਰ ਦਿੱਤੀ ਇਸ ਦੌਰਾਨ ਇੱਕ ਗੋਲੀ ਸਿੱਧੀ ਕਰਮ ਸਿੰਘ ਦੀ ਛਾਤੀ ਵਿੱਚ ਜਾ ਵੱਜੀ ਅਤੇ ਉਸਦੀ ਮੌਤ ਹੋ ਗਈ ਗੋਲੀ ਮਾਰਨ ਵਾਲੇ ਖੁਦ ਕਰਮ ਸਿੰਘ ਨੂੰ ਹਸਪਤਾਲ ਲੈ ਕੇ ਗਏ ਅਤੇ ਲਾਸ਼ ਨੂੰ ਉੱਥੇ ਛੱਡ ਕੇ ਫਰਾਰ ਹੋ ਗਏ ਪਰਿਵਾਰ ਦਾ ਦੋਸ਼ ਹੈ ਕਿ ਹਸਪਤਾਲ 'ਚ ਵੀ ਕੋਈ ਡਾਕਟਰ ਨਹੀਂ ਮਿਲਿਆ ਚੱਲੀ ਉੱਥੇ ਨਾ ਬੰਦੇ ਬਹੁਤ ਬਦਮਾਸ਼ ਨੇ ਮਸਤੇ ਵਾਲੇ ਵਿਆਹ ਦਾ ਪ੍ਰੋਗਰਾਮ ਸੀ ਵਿਆਹ ਤੇ ਗਏ ਸੀ ਮੁੰਡੇ ਟੀਕੇ ਤੇ ਮਰਨ ਵਾਲੇ ਮੁੰਡੇ ਦਾ ਕੀ ਨਾਂ ਜਿਹੜਾ ਮੁੰਡਾ ਮਰ ਗਿਆ ਜੀ ਕਰਨਾ ਮੁੰਡੇ ਨਾਲ ਕਰਨਾ ਕੀ ਗੱਲ ਹੋਈ ਕਿਉਂ ਗੋਲੀ ਚੱਲੀ ਉੱਥੇ ਗੋਲੀ ਨਹੀਂ ਆਇਆ ਜੀ ਸਾਬਾਂ ਵੀ ਗੋਲੀਆਂ ਫਾਇਰ ਕੱਢਦੇ ਸੀਗੇ ਜੀ ਅੱਛਾ ਅਸੀਂ ਤਾਂ ਘਰੇ ਚੱਲੇ ਉਦੋਂ ਸਮਾਨ ਚੱਕ ਕੇ ਨਜਾਏ ਕੀਤੀ ਪਹਿਲੋਂ ਤਾਣ ਕੀਤੇ ਦੂਜਾ ਥੱਲੇ ਕੀਤਾ ਪੈਰਾਂ ਤੁਸੀਂ ਕੀ ਕੰਮ ਕਰਦੇ ਹੋ ਮੈਂ ਡੀਜੇ ਦਾ ਕਰਦਾ ਪਹਿਲੋਂ ਸਿੱਧੀ ਚੱਲੀ ਸਪੀਕਰ 'ਚ ਵੱਜੀ ਬਾਜ ਇੱਥੇ ਵੱਜੀ ਮੁੰਡੇ ਦੇ ਉਹ ਮੁੰਡੇ ਕੌਣ ਸੀ ਗੋਲੀ ਚਲਾਉਣ ਵਾਲੇ ਸੁਖਦੀਪ ਆ ਮੁੰਡੇ ਦਾ ਨਾਮ ਉੱਥੇ ਨਾਮ ਉਹਨਾਂ ਨਾਮ ਦੱਸੋ ਉਹਨਾਂ ਦਾ ਫਤਿਹਗੜ੍ਹ ਦਾ ਮੁੰਡਾ ਸੁਖਦੀਪ ਜੀ ਮੁੰਡਾ ਫਤਿਹਗੜ੍ਹ ਫਰੀਦੂਰ ਦਾ ਹਾਂਜੀ ਉਹਨੇ ਗੋਲੀ ਚਲਾਈ ਏ ਡੈਡ ਬੋਡੀ ਇੱਥੇ ਕਿਵੇਂ ਆਈ ਜੀ ਡੈਡ ਬੋਡੀ ਇੱਥੇ ਇਕਬਾਲ ਕੇ ਲੈ ਕੇ ਆਏ ਨੇ ਡੈਡ ਬੋਡੀ ਜੀ ਇੱਥੇ ਇਕਬਾਲ ਕੌਣ ਜੀ ਮੁੰਡਾ ਉਹਦਾ ਮਾਮੇ ਦਾ ਜੀ ਸੁਖਦੀਪ ਦੇ ਮਾਮੇ ਦਾ ਮੁੰਡਾ ਜੀ ਅੱਛਾ ਉਹ ਲੈ ਕੇ ਆਇਆ ਡੈਡ ਬੋਡੀ ਡੇਢ ਘੰਟਾ ਹੋ ਗਿਆ ਡੈਡ ਬੋਡੀ ਆਈ ਨੇ ਕੋਈ ਪ੍ਰਸ਼ਾਸਨ ਨੇ ਕੋਈ ਇੱਥੇ ਪੁਲਿਸ ਵਾਲਾ ਨਹੀਂ ਪਹੁੰਚਿਆ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਡੇਢ ਘੰਟਾ ਹੋ ਗਿਆ ਡੈਡ ਬੋਡੀ ਆਈ ਨੂੰ ਉਧਰ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਗੱਲ ਵੀ ਕਹੀ ਹੈ ਇੱਕ ਵਿਆਹ ਦੇ ਸਮਾਗਮ ਦੇ ਵਿੱਚ ਗੋਲੀ ਲੱਗਣ ਦੇ ਨਾਲ ਜਿਹੜੀ ਮੌਤ ਹੋਣ ਬਾਰੇ ਸੂਚਨਾ ਮਿਲੀ ਹੈ ਇਹਦੇ ਬਾਰੇ ਵਿੱਚ ਜਿਹੜੀ ਪੜਤਾਲ ਕੀਤੀ ਜਾ ਰਹੀ ਹੈ ਸਰ ਕੋਈ ਬੰਦੇ ਅਰੈਸਟ ਵੀ ਕੀਤੇ ਸਰ ਨਹੀਂ ਕੋਈ ਬੰਦਾ ਅਜੇ ਤੱਕ ਨਹੀਂ ਅਰੈਸਟ ਕੀਤਾ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਫਰਾਰ ਨੇ ਜਿਨ੍ਹਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ ਮੋਗਾ ਤੋਂ ਵਿਪਨ ਓਂਕਾਰਾ ਜਗਬਾਣੀ ਟੀਵੀ